ਇਹ ਬੰਦਾ ਕਹਿੰਦਾ ਐਕਟਰ ਹੋਣ ਵਾਲਾ ਸਮਾਂ ਮੇਰੇ ਬਾਈ ਦਾ ਓ ਮਾਈ ਗੋਡ ਠੀਕ ਹੈ ਜੀ ਵੀਰੇ ਆ ਜਾ ਫਿਰ ਆ ਜਾ ਯੇ ਯੇ ਟੁੱਟੀ ਬੱਬੇ ਬਹੁਤ ਮਹਿੰਗੀ ਲੈ ਵੀ ਅੱਜ ਦਾ ਆਪਾਂ ਵਲੌਗ ਸਹੀ ਟਾਈਮ ਤੇ ਸ਼ੁਰੂ ਕਰਤਾ ਜੋਤੀ ਇਹਨਾਂ ਦੇ ਕੱਪੜੇ ਪ੍ਰੈਸ ਕਰਨ ਵਾਲੀ ਜੋਤੀ ਮੇਰੇ ਕੱਪੜੇ ਪ੍ਰੈਸ ਕਰ ਰਹੀ ਆ ਜਸ ਆਪਣੀ ਵੇਲੀਆਂ ਮਾਰ ਰਿਹਾ ਮਧੂ ਮੈਂ ਮੇਰਾ ਮੇਕਅਪ ਕਰਨ ਲੱਗਿਆ ਲੈ ਵੀਰੇ ਆ ਜਾਓ ਛੇਤੀ ਆ ਜਾਓ ਮੈਂ ਟੀ ਸ਼ਰਟ 'ਚ ਬੜਾ ਠੰਡ ਲੱਗਦੀ ਆ ਖਿੱਚੋ 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 ਵੀਰੇ ਅੱਜ ਦੇ ਸ਼ੂਟ ਦੀ ਤਿਆਰੀ ਆ ਆਪਾਂ ਤਿਆਰ ਹੋ ਗਏ ਜੱਸਾ ਤਿਆਰ ਖੜਿਆ ਜੋ ਤਿਆਰ ਖੜੀ ਹੈ ਆਪਣੇ ਡਾਇਰੈਕਟਰ ਸਾਹਿਬ ਫੁੱਲ ਮੁੜ ਜਾਣੇ ਸਿਰੋਂ ਤਿਆਰ ਖੜੀ ਹੈ ਮੈਂ ਵੀ ਤਿਆਰ ਖੜਿਆ ਅਤੇ ਡਾਇਲੋਗ ਆਪਾਂ ਨੂੰ ਮਿਲ ਚੁੱਕੇ ਨੇ ਹੁਣ ਆਪਾਂ ਰਿਹਰਸਲ ਕਰਦੇ ਹਾਂ ਰਿਹਰਸਲ ਤੋਂ ਬਾਅਦ ਆਪਾਂ ਸਿੱਧਾ ਸ਼ੋਟ 'ਤੇ ਜਾਵਾਂਗੇ ਬੱਲੇ ਬੱਲੇ ਆ ਅੱਖਾਂ ਜੀ ਨਾ ਬਣਾ ਠੀਕ ਹੈ ਕੰਮ ਆ ਮੇਰਾ ਇਹ ਮੂੰਹ ਬਣਾਉਣ ਦੀ ਲੋੜ ਨਹੀਂ ਗੀ ਇੱਥੇ ਇਹ ਮਜ਼ਾਕ ਸੀ ਟੋਂਟੇ ਸਟਰੋਂਗ ਚਲੋ ਦੇਖੋ ਵੱਡੇ ਮੈਨ ਦੀ ਉਹਦਾ 6 ਫੁੱਟ ਦਾ ਕੱਦ ਦਾ ਫਾਇਦਾ ਚੱਕ ਰਿਹਾ ਵੀਰੇ ਨਾਲੇ ਪਤਾ ਵੀ ਘੋੜੀ ਪਈ ਹੈ ਚੜ੍ਹਨਾ ਉਹਦੇ ਮੋਢਿਆਂ ਦੇ ਇਹਨੇ ਚੜ੍ਹਨਾ ਉਹਦੇ ਮੋਢਿਆਂ ਦੇ ਬਸ ਗੱਲ ਹੋਰ ਕੁਛ ਨੀ ਚੱਕਰ ਭਾਜੀ ਉਹ ਆਪਣੇ ਹਾਈਟ ਦਾ ਫਾਇਦਾ ਲੈ ਰਿਹਾ ਕਹਿੰਦਾ ਪਤਾ ਵੀ ਲੱਗੇ 6 ਫੁੱਟ ਉੱਤੇ ਹੈਗਾ ਮੈਂ ਉਹ ਵੀ ਆਪਣੇ ਨਾਲ ਆਪਣੇ ਹੋਨਹਾਰ ਬਿੱਟੂ ਗਿੱਲ ਭਾਜੀ ਕਹਿੰਦਾ ਭਾਜੀ ਲੋਟੋ ਤੁਸੀਂ ਅੱਜ ਸ਼ੂਟ ਤੇ ਗਏ ਸੀਗੇ ਹਾਂ ਡੇ ਦਾ ਸ਼ੂਟ ਸੀ ਫੋਟੋ ਦੇ ਵਿੱਚ ਉੱਥੇ ਗਵਰਨਮੈਂਟ ਐਡ ਸੀਗੀ ਓਕੇ ਹੁਣ ਨਾਈਟ ਦਾ ਸ਼ੂਟ ਆਪਣਾ ਹੈਗਾ ਮਹਾਲੀ ਮੈਂ ਦੇਖਦਾ ਪਿਆ ਸੀ ਸਟੋਰੀਆਂ ਮੈਂ ਕਿਹਾ ਭਾਈ ਮੈਨੂੰ ਤੇ ਲੱਗਿਆ ਇਹ ਭਾਈ ਨੂੰ ਦੇਖ ਕੇ ਹੌਸਲਾ ਬਹੁਤ ਮਿਲਦਾ ਯਾਰ ਬਹੁਤ ਹੌਸਲਾ ਮਿਲਦਾ ਇਹ ਬੰਦਾ ਕਹਿੰਦਾ ਐਕਟਰ ਹੋਣ ਵਾਲਾ ਸਮਾਂ ਮੇਰੇ ਬਾਈ ਦਾ ਓ ਮਾਈ ਗੋਡ ਪੋਜ਼ਿਟਿਵ ਐਨਰਜੀ ਮਿਲਦੀ ਹੈ ਭਰਾਵਾ ਬਾਈ ਕੋਲ ਬਹਿ ਕੇ ਅਤੇ ਆਪਾਂ ਬਾਈ ਦੀ ਸ਼ਰਮਸਾਰ ਜੀ ਰਹਿਣਾ ਨਹੀਂ ਮਤਲਬ ਕੀ ਕਰਨ ਡੀ ਆ ਤੁਸੀਂ ਕਿੱਦਾਂ ਆ ਵੀ ਆਪਣੀ ਤਿਆਰੀ ਆ ਹੁਣ ਡਾਇਲੋਗ ਆਪਾਂ ਯਾਦ ਕਰ ਲਈਏ ਤੇ ਫਿਰ ਨਿਕਲਦੇ ਹਾਂ ਸ਼ੂਟ ਵਾਸਤੇ ਮੈਨੇ ਯੇ ਕੀਆ ਜੀ ਪੂਰੀ ਕਰਤੀ ਤਿਆਰੀ ਆ ਪੂਰੀ ਪੂਰੀ ਮੈਂ ਇੱਥੇ ਦੇਸੋ ਚਾਰਜਿੰਗ ਨੂੰ ਲਗਾ ਦੋ ਨਹੀਂ ਜਿਸ ਸਵਿਚ ਨੂੰ ਮਾਰ ਕੀਆ ਦਾ ਓ ਸਭ ਤੋਂ ਬੜਾ ਦੁੱਖ ਤਾਂ ਇਹੀ ਹੁੰਦਾ ਹੈ ਨਾ ਕਦੇ ਰਾਤ ਨੂੰ ਹੋਇਆ ਇਦਾਂ ਦਾ ਵੀ ਆਪਾਂ ਚਾਰਜਰ ਲਗਾ ਦਈਏ ਸਵੇਰ ਉੱਠ ਕੇ ਦੇਖੀਏ ਸਵਿਚ ਆਨ ਨਹੀਂ ਸੀਗਾ ਬੈਟਰੀ 0% ਦੀ ਖੜੀ ਹੈ ਅੱਛਾ ਓਏ ਤੁਸੀਂ ਆਈਫੋਨ ਵਾਲੇ ਬੰਦੇ ਹੋ ਐਂਡਰੋਇਡ ਇਹ ਕੰਮ ਕੀ ਹੈ ਅੱਜ ਦੇਖਣਾ ਮੈਂ ਆ ਜਾਣਾ ਅੱਛਾ ਇਹ ਆ ਵੀ ਹੋ ਏ ਮਧੂ ਦਾ ਕਮਾਲ ਇਹ ਕੁੜੀ ਬਹੁਤ ਮਿਹਨਤੀ ਹੈ ਬਾਈ ਯਾਰ ਉਮਰ ਕਿੰਨੀ ਮਧੂ ਆਪਣੀ 24 ਸਾਲ 22 22 ਸਾਲ ਦੀ ਕੁੜੀ ਹੈ ਤੇ ਅੱਜ ਟਾਈਮ 'ਚ ਆਪਣੇ ਥੱਲੇ ਦਿਹਾੜੀ ਲਾ ਕੇ ਕੰਮ ਕਰਦੀ ਹੈ ਗਰਮ ਨਾ ਜਾਈ ਨੇਰੇ ਲਿਆ ਰੱਖਿਆ ਨਾ ਖੁਸ਼ ਰਿਹਾ ਕਰੋ ਵੈਰੀ ਗੁੱਡ ਮੈਂ ਬਿੱਟੂ ਬਾਈ ਦੀ ਤਾਰੀਫ ਕੀਤੀ ਸੀ ਦੂਜੀ ਮੈਂ ਇਸ ਬੰਦੇ ਦੀ ਤਾਰੀਫ ਕਰਦਾ ਦੂਜੇ ਨੰਬਰ ਤੇ ਮੈਂ ਰੱਖਿਆ ਨਾ ਨਾ ਤਾਰੀਫ ਤੇਰੀ ਕਰਦਾ ਗਾ ਇਹਦੀ ਕੋਈ ਤਾਰੀਫ ਨਹੀਂ ਇੱਥੇ ਕੋਈ ਤਾਰੀਫ ਨਹੀਂ ਇੱਥੇ ਇਹਦੀ ਕੋਈ ਤਾਰੀਫ ਇਹ ਚਾਹ ਪੀਣ ਚ ਚਾਹ ਵਾਲੀ ਪਾਰਟਨਰ ਆ ਆ ਗਿਆ ਨਹੀਂ ਹਾਂਜੀ ਤਾਂ ਫੋਟੋ ਕਿੱਚ ਵੀ ਕੱਟੀ ਫੋਟੋ ਤਾਂ ਬਹੁਤ ਸੋਹਣੀ ਕਲਿੱਕ ਕਰਦੀ ਵੀ ਕੁੜੀ ਮੇਕਿੰਗ ਤੇ ਆ ਇਹਨੇ ਮੇਕਿੰਗ ਬੜੀ ਸੋਹਣੀ ਕਲਿੱਕ ਕੀਤੀ ਆ ਨਹੀਂ ਫੋਟੋ ਕੀਤੀ ਆ ਫੋਟੋ ਵੀ ਸੋਹਣੀ ਕੀਤੀ ਆ ਮਿਹਨਤੀ ਬੱਚੇ ਨੇ ਸਾਰੇ ਇੱਥੇ ਆ ਬਾਈ ਯਾਰ ਬਹੁਤ ਲੰਬਾ ਹੈ ਯਾਰ ਬਾਈ ਨੇੜੇ ਹੀ ਮੜਾ ਜਾ ਕੰਨਾ ਦਾ ਘੇਰਾ ਨਹੀਂ ਬਾਈ ਵੈਸੇ ਲੰਬੇ ਬੰਦੇ ਮੈਂ ਦੇਖਿਆ ਤਕਰੀਬਨ ਬੋਝੀ ਬੋਝੀ ਕੋਈ ਨਹੀਂ ਮੰਨਦਾ ਉਹਨਾਂ ਦੇ ਸੁਪਨੇ ਅੱਡੇ ਹੁੰਦੇ ਇਹ ਗੱਲ ਹੈਗੀ ਆ ਆਹ ਬੰਦਾ ਆਪਣਾ ਹਸਮੁੱਖ ਭਰਾ ਨਾ ਇਹਨੂੰ ਹਸਮੁੱਖ ਹੀ ਕਹਿ ਕਰਾਂਗੇ ਇਹਨੂੰ ਵਿਜੇ ਵਿਜੇ ਨਹੀਂ ਕਹਿਣਾ ਚਲੋ ਬਾਈ ਲੈਟਾ ਚਲੋ ਨਾ ਹੁਣ ਪੱਟੇ ਸ਼ੁਰੂ ਕਰੀਏ ਆ ਮੇਕਿੰਗ ਦੀ ਕੁੜੀ ਲੱਗ ਗਈ ਆ ਬੱਲੇ 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 ਇਹ ਕਾਹਦੇ ਲਈ ਹੋ ਰਿਹਾ ਇਹ ਅੱਛਾ ਉਹ ਜਿਹੜਾ ਇੱਦਾਂ ਇੱਦਾਂ ਕਰਕੇ ਹੁੰਦਾ ਹੁੰਦਾ ਥੱਲੇ ਥੱਲੇ ਅੱਛਾ ਗ੍ਰੇਟ ਗੁੱਡ ਚਲੋ ਸ਼ਾਂਤੀ ਯਾ ਯੈਸ ਬਹੁਤ ਗੰਦ ਲਵਾਂਗੇ ਬਹੁਤ ਗੰਦ ਲਵਾ
ਇਹ ਬਾਈ ਨੇ ਸ਼ਾਹਰੁਖ ਖਾਨ ਦੇ ਨਾਲ ਕੰਮ ਕੀਤਾ ਕਹਿੰਦਾ ਹੈ ਤੂੰ ਵਾਇਰਲ ਤਾਂ ਹੋਇਆ ਪਿਆ ਕਹਿੰਦੇ ਕੋਇਲਾ ਖਾਧਾ ਸੀਗਾ ਗਲਾ ਤਾਂ ਖਰਾਬ ਹੋਇਆ ਹੈਨਾ ਹੈਨਾ ਕੀ ਹੋਇਆ ਬਾਈ ਜੈਸੇ ਕੀ ਹੋਇਆ ਪਹਿਲਾਂ ਖੁਸ਼ ਕਦ ਹੋ ਰਿਹਾ ਸੀ ਉਦੋਂ ਸ਼ਾਰਟ ਖਤਮ ਹੁੰਦੀ ਸਰ ਬਹੁਤ ਖੁਸ਼ ਹੋਇਆ ਪ੍ਰਧਾਨ ਦੱਸ ਮੈਂ ਚੱਲ ਠੀਕ ਹੈ ਕੱਟ ਦਿੰਦੇ ਕੱਟ ਦਿੰਦੇ ਕੱਟ ਸਵੇਰ ਦੇ 3:30 ਹੋ ਰਹੇ ਨੇ ਭਰਾਵਾ 4 ਵਜਣ ਵਾਲੇ ਧੱਕਾ ਬਹੁਤ ਕਰਦਾ ਤੂੰ ਸਾਡਾ ਡਾਇਰੈਕਟਰ ਬਹੁਤ ਧੱਕਾ ਕਰਦਾ ਬਾਸੀਆਂ ਆਉਂਦੀਆਂ ਤੇਰੇ ਨਾਲ ਦੇਖ ਉੱਥੇ ਮੂੰਹ ਅੰਦਰੋਂ ਤੁਸੀਂ ਕੰਮ ਕਰਨਾ ਆਇਆ ਨਾ ਕੰਮ ਕਰਨਾ ਤੁਹਾਡਾ ਵੇਖ ਲਓ ਬਾਈ ਆਹ ਹਾਲ ਆ ਡਾਇਰੈਕਟਰਾਂ ਦਾ ਧੱਕਾ ਧੱਕਾਸ਼ਾਹੀ ਨਹੀਂ ਚੱਲੇਗੀ ਤੂੰ ਵੀ ਆਪਾਂ ਅੱਜ ਜ਼ਿਆਦਾ ਟਾਈਮ ਨਾ ਥੱਕੇ ਟਾਈਮ ਜ਼ਿਆਦਾ ਖਰਾਬ ਕੀਤਾ ਆਪਾਂ ਟਾਈਮ ਹੈ ਖਰਾਬ ਕੀਤਾ ਤੈਂ ਤੂੰ ਪੁੱਛ ਰਿਹਾ ਯਾਰ ਪੁੱਛ ਰਿਹਾ ਦੱਸ ਰਿਹਾ ਫਸਟ ਟੇਕ ਆਪਣਾ 10:30 ਸੀਗਾ ਮੇਰੇ ਨਾਲ ਸਵੇਰੇ 5 ਵਜੇ ਦੀ ਮੈਗੀ ਮੈਗੀ ਖਾ ਲੈ ਮੈਂ ਪਹਾੜਾਂ ਦੀ ਮੈਗੀ ਜ਼ਿਆਦਾ ਕੀ ਆ ਗਈ ਮੈਗੀ ਪਹਾੜਾਂ ਦੀ ਪਹਾੜੋਂ ਕੀ ਮੈਗੀ ਮਨਾਲੀ ਕੀ ਮੈਗੀ ਇਹ ਵੀ ਆਪਣੀ ਮਾਂ ਮਾਲੀ ਵਾਲੀ ਲੈ ਬਈ ਅੱਜ ਦਾ ਤਾਂ ਆਪਣਾ ਤਾਂ ਹੋ ਗਿਆ ਡਨ ਆਪਾਂ ਚੱਲੇ ਘਰ ਨੂੰ ਠੀਕ ਹੈ ਜੀ ਵੀਰੇ ਆ ਜਾ ਫਿਰ ਆ ਜਾ ਯੇ ਯੇ ਟੁੱਟ ਜੂ ਬੱਬੇ ਬਹੁਤ ਮਹਿੰਗੀ ਬੈਠੋ